ਇਹਨੇ ਨਾ ਇਹਦੇ ਨਾਲ ਸਹਾ ਦੇਣਾ ਸਹਾ ਤੇ ਬਾਈਆ ਸਾਲਾਂ ਦਾ ਸਾਰਾ ਤੇ ਉਹ ਵੱਡੇ ਨੇ ਤੇ ਉਹਨਾਂ ਦਾ ਨਿਕਾਹ ਉਹਨਾਂ ਦਾ ਵੀ ਇਹਦੇ ਵਾਂਗੂ ਹੀ ਕੀਤਾ ਹੋਣਾ ਪਰ ਇਹ ਤੇ ਪਹਿਲਾਂ ਲੈ ਗਏ ਨੇ ਤੇ ਹੁਣ ਉਹਨਾਂ ਦਾ ਵਿਆਹ ਜਿਵੇਂ ਕਰੀਦਾ ਉਹਦੇ ਘਰ ਵਾਲੇ ਦਾ ਤਾਰੇ ਮਿਲੇ ਦੀ ਅਜੇ ਵੀ ਆਉਂਦੀ ਪਈ ਸਿਰ ਚੋਂ ਤਾਰੇ ਦੇ ਲਾਲੀ ਆ ਨਾ ਇਹਦੀ ਸਿਕਰੀ ਹੋ ਜਾਂਦੀ ਆ ਜਾਓ ਸਿਕਰੀ ਤੇ ਭੈਣ ਅਜੇ ਵੀ ਹੈ ਜੀ ਸਿਕਰੀ ਆ ਜਿਹੜਾ ਸ਼ੈਂਪੂ ਮੈਂ ਤਾਂ ਕਮਰੇ ਤੁਹਾਡੇ ਚ ਪਿਆ ਸੀ ਪਰ ਲਿਆਂਦਾ ਦੱਸਿਆ ਸੀ ਨਾ ਬਾਇਓ ਅਮਲਾ ਮਿਲਾ ਕੇ ਰੱਖਿਆ ਹਾਂ ਉਹਦੇ ਜਿੱਦਾਂ ਤੁਸੀਂ ਸੁੱਤੇ ਉੱਧਰ ਪਿਆ ਉਹ ਮੈਂ ਉਹ ਹੀ ਲਾ ਲਿਆ ਜਿਹੜਾ ਵਾਸ਼ਰੂਮ ਚ ਪਿਆ ਉਹਨੂੰ ਵੀ ਨਹੀਂ ਸਹਾਂਦਾ ਮੈਂ ਤਾਂ ਚਲੋ ਪਾਣੀ ਗਰਮ ਹੋਇਆ ਅੱਜ ਮੈਨੂੰ 15 ਦਿਨ ਪੂਰੇ 15 ਦਿਨ ਹੋ ਗਏ ਨਾ ਪਿਆ ਬਿਸਤਰੇ ਚੋਂ ਨਹੀਂ ਨਿਕਲਦੀ ਇੰਨੀ ਲੱਖ ਚ ਪੀੜ ਹੁੰਦੀ ਅੱਛਾ ਮੋਹਰੇ ਦੀ ਦਰਦ ਨਾ ਹਾਂ ਨਾ ਭਾਵੇਂ ਗਰਮ ਪਾਣੀ ਕਰਕੇ ਨਾ ਮੇਰੀ ਅੰਮੀ ਨੂੰ ਵੀ ਹੁੰਦੀ ਹੈ ਲੇਕਿਨ ਅੰਮੀ ਤਾਂ ਨਾ ਲੈਂਦੇ ਨਾ ਨਾ ਮੇਰੇ ਕੋਲ ਤਾਂ ਨਹੀਂ ਨਾ ਜਾਂਦਾ ਜਿੱਦਾਂ ਨਾ ਉਹਨਾਂ ਦੇ ਘਰ ਉਹਨੇ ਗੀਜ਼ਰ ਲੱਗਾ ਹੋਇਆ ਹੈ ਐ ਉਹਨਾਂ ਨੂੰ ਨਹੀਂ ਸਾਡੇ ਘਰ ਵੀ ਗੈਸ ਲੱਗੀ ਜਿੰਨਾ ਮਰਜ਼ੀ ਗਰਮ ਪਾਣੀ ਕਰ ਲਓ ਪਰ ਮੈਂ ਤਾਂ ਡਰਦੇ ਹੀ ਘੱਟ ਉਹਨਾਂ ਨੂੰ ਜਦੋਂ ਮੈਂ ਸਮਝ ਆ ਮੈਨੂੰ ਬੋ ਹੁੰਦੀ ਹੈ ਵੀ ਫਿਰ ਧੁੱਪ ਚੜ੍ਹਿਆ ਤਾਂ ਫਿਰ ਮੈਂ ਗਰਮ ਪਾਣੀ ਕਰਕੇ ਪਿਛਲੇ ਜੁੰਮੇ ਦੇ ਨਹਾਤੀ ਆ ਅੱਜ ਜੁੰਮਾ ਨਾ ਕਿ ਅੱਜ ਕੀ ਹੈ ਮੰਗਲ ਗੋਭੀ ਕੱਟੋ ਅੱਜ ਗੋਭੀ ਕੀ ਹੈ ਗੋਭੀ ਕੱਲ ਰਾਤੀ ਮੈਂ ਲੈ ਆਈ ਸਾਹਿਬ ਨੂੰ ਸੋਮਵਾਰ ਬਾਜ਼ਾਰ ਸਾਦੀ ਆਉਂਦੀ ਸੋਮ ਪੁੱਜ ਜਾਣਾ ਮੇਰੇ ਸਹੁਰੇ ਮੇਰੀ ਮਗਰੋਂ ਜਾਨ ਖਾਚਣੀ ਹੈ ਕਿ ਤੂੰ ਵਟਾ ਕੇ ਨਹੀਂ ਲਈ ਰਜਾਈ ਲਿਆਂਦੀ ਸੀ ਛੋਟੀ ਸੀ ਹਾਂਜੀ ਫਿਰ ਨਾਲੇ ਰਜਾਈ ਲਿਆਂਦੀ ਵਟਾ ਕੇ ਨਾਲੇ ਦੋ ਛਾੜ ਲਈ ਰਜਾਈਆਂ ਤੇ ਬਾਜੀ ਭਾਈ ਜੀ ਨੇ ਵਾਸ਼ਰੂਮ ਵਗੈਰਾ ਆਪ ਹੀ ਕਰਦੇ ਨੇ ਜਾਂ ਹੈਲਪ ਕਰਦੇ ਨੇ ਇਹ ਇੱਥੇ ਵਾਸ਼ਰੂਮ ਬਣਿਆ ਹੈ ਮੈਂ ਵੇਖਿਆ ਕੋਨੇ 'ਚ ਆ ਤੋ ਉੱਥੇ ਹੁਣ ਬਹਿ ਕੇ ਜੀ ਨਾ ਨਾਲਕੇ ਦਾ ਸਾਰਾ ਲੱਕ ਬੱਚੇ ਬਾਹਰ ਹੱਥ ਵੀ ਨਹੀਂ ਇੰਜ ਚਾਉਂਦਾ ਆਹੋ ਅਗਲਾ ਆਪਰੇਸ਼ਨ ਵੀ ਕਰਾਇਆ ਨਾ ਕਰ ਜਾਂਦਾ ਮੈਨੂੰ ਐਸੇ ਟੋਰ ਲੈਂਦੇ ਨੇ ਜਿਵੇਂ ਉਹ ਨਹੀਂ ਇਰਫਾਨ ਖੋਸਟ ਹੁੰਦੇ ਉਸ ਤਰ੍ਹਾਂ ਮੈਨੂੰ ਲੱਗਦੇ ਨਿਕਲਿਆ ਥੋੜਾ ਸਾਰਾ ਜਿਆਦਾ ਨਹੀਂ ਉਦੋਂ ਤੇ ਵਾਲ ਵੀ ਕਾਲੇ ਛਾਲੇ ਕੀਤੇ ਜਪਾਨ ਦੀ ਤਸਵੀਰ ਹੈ ਮਾਮੂ ਜੀ ਤੁਹਾਡੇ ਨਾਲ 3 ਸਾਲ ਵੱਡੇ ਨੇ 3 ਸਾਲ ਵੱਡੇ ਜਾਂ 2.5 ਸਾਲ ਵੱਡੇ ਅੱਛਾ ਇਹ ਫਿਰ ਇੱਕ ਜਿੱਡੇ ਹੋਏ ਨਾ ਮੀਆਂ ਬੀਬੀ ਨਹੀਂ ਛੋਟੀ ਹੀ ਸ਼ੁਭਤਾ ਜਦੋਂ ਮੇਰੇ ਨਾਲ ਵੱਡੇ ਤੇ ਮੇਰੇ ਨਾਲ ਛੋਟੀ ਤੇ 5-6 ਸਾਲ ਦਾ ਨੀ ਪਰ ਉਹਦੇ ਜਿੱਡੀ ਕਿਵੇਂ ਹੋਈ ਸਮਝ ਲਾ 5.5 ਸਾਲ ਛੋਟੀ ਹੈ ਉਹਨਾਂ ਦੀ ਜ਼ਰਦਾ ਤੇ ਆਸ਼ਾ ਦਾ ਫਰਕ ਉਹਨਾਂ ਦੀ ਨਾ ਤਸਵੀਰ ਵੀ ਵੇਖੀ ਬਾਜੀ ਕੋ ਸੀ ਉਹ ਜਿਹੜੀ ਉਹਨਾਂ ਦੀ ਭੈਣ ਨੇ ਬਾਜੀ ਜਿਹੜੀ ਪਿੰਡ ਚ ਨੇ ਬੜੇ ਪਿਆਰੇ ਸਜੇ ਚਿੱਟੇ ਸਾਫ ਸਿੱਧਾ ਕਾਦੂ ਵੀ ਉਹਦਾ ਵੱਡਾ ਹੈ ਸੀ ਜਿਹਦਾ ਕੋਈ ਹਿਸਾਬ ਨਹੀਂ ਹੁਣ ਤੇ ਕਾਲੀ ਸਿਆਹ ਤੇ ਇੱਡੀ ਮੋਟੀ ਹੋਈ ਹੈ ਨਾ ਹਾਂ ਬੜੀ ਸੋਹਣੀ ਲਾਗੋ ਦਾ ਰੈਡ ਬਲੈਕ ਮਾਲਟਾ ਬੜੀ ਸੋਹਣੀ ਆਓ ਐਂਜੀ ਸੀ ਪਿੰਡ ਚ ਜਾ ਕੇ ਨਾ ਬੋਏ ਧੁੱਪੇ ਵਿਹੜਾ ਖੁੱਲਾ ਉਹ ਫਿਰ ਹੋ ਜਾਂਦਾ ਮਾਮੇ ਦਾ ਪੁੱਤਰ ਟਰੈਕਟਰ ਵਾਂਦਾ ਖਾਦੀ ਦਾ ਕੰਮ ਕਰਦੇ ਨੇ ਇੰਜ ਉਹਦਾ ਰੰਗ ਜਿਵੇਂ ਸੋਹਣਾ ਰੈਡ ਕਲਰ ਗੱਲਾਂ
ਜਵਾਨ ਧੀਆਂ ਨੂੰ ਵਿਆਹ ਛੱਡੀਆਂ ਤੇ ਮਗਰੋਂ ਨਿਕਾਹ ਕੀਤਾ ਤੇ ਉਹਦੇ ਚ ਤਿੰਨ ਬੱਚੇ ਨੇ ਉਹਦੇ ਦੋ ਪੁੱਤਰ ਤੇ ਇੱਕ ਧੀ ਹੈ ਤੇ ਤਿੰਨ ਹੀ ਪੁੱਤਰ ਸੀ ਉਹ ਤੇ ਇਕਰਾ ਦਾ ਜਦੋਂ ਦਾਦਾ ਫੋਤ ਹੋਇਆ ਨਾ ਮੈਂ ਤੇ ਸ਼ਗੁਫਤਾ ਉੱਥੇ ਗਈ ਆ ਤੇ ਉੱਥੇ ਆਇਆ ਤੁਹਾਡੇ ਟਾਵੇ ਟਾਵੇ ਨੇ ਅਜੇ ਚਿੱਟੇ ਹਨਾ ਜ਼ਿਆਦਾ ਨੀ ਹੈ ਕਾਲਜ ਸਿਰਫ ਇੱਕ ਉੱਤੋਂ ਲੇਟ ਰਹਿ ਗਈ ਕਾਲੀ ਹੋਰ ਸਾਰੇ ਅੱਗੇ ਚਿੱਟੇ ਨਾ ਹੋ ਗਏ ਉਹ ਵੇਖੀ ਸਾਡੇ ਚਾਚੇ ਧੀ ਭੈਣ ਕਈ ਆ ਜਿਹੜੀ ਸੋਹਣੇ ਉਹਦੇ ਲੱਗਦੇ ਉਹਨਾਂ ਦੇ ਚਿੱਟੇ ਨੇ ਸਾਰੇ ਹੀ ਆਹੋ ਵੱਡੀ ਮਾਜ ਦਾ ਪੋਲੀਓ ਸੁਣਾ ਹਰੇ ਵਿਆਹੀ ਨੇ ਕਿ ਤਿੰਨ ਚਾਰ ਕੁੜੀਆਂ ਤੋਂ ਬਾਅਦ ਉਹਦਾ ਪੁੱਤਰ ਹੋਇਆ ਸੀ ਅੱਛਾ ਪੁੱਤਰ ਬਾਹਰ ਦੇ ਹੁਣ ਸਾਨੂੰ ਵਿਆਹ ਉੱਥੇ ਕਰ ਲਿਆ ਉੱਥੇ ਬੱਚੇ ਸੀ ਕੁੜੀ ਇੱਕੋ ਹੀ ਵਿਆਹੀ ਇਸ ਵੱਡੀ ਤੋਂ ਛੋਟੀ ਤੇ ਮੈਂ ਕਿਹਾ ਇਹ ਤੁਹਾਡੇ ਕਹਿੰਦੇ ਰਿਸ਼ਤੇਦਾਰ ਨੇ ਬਾਜੀ ਕਹਿੰਦੇ ਨੇ ਸਾਡੇ ਅੱਬੂ ਦੇ ਚਾਚੇ ਦੀ ਬਾਜੀ ਮਨਜ਼ੂਰਾਂ ਦੇ ਸਹੁਰੇ ਬਾਜੀ ਮਨਜ਼ੂਰਾਂ ਜਿਹੜੀ ਹੈ ਨਾ ਹਾਂ ਉਹਦਾ ਸੱਕਾ ਮਾਮਾ ਸਹੁਰਾ ਹੈ ਸੱਕਾ ਮਾਮਾ ਸਹੁਰੇ ਦੀ ਬਾਜੀ ਕਹੀ ਹੋ ਜੀ ਆਹੋ ਬਾਜੀ ਮਨਜ਼ੂਰਾਂ ਦੇ ਸੱਕੇ ਮਾਮੇ ਨੇ ਸਾਡੇ ਵੀ ਮਤਲਬ ਹੈ ਸਨ ਕਬੀਲੇ ਵਿੱਚੋਂ ਹਾਂ ਕਹਿੰਦੇ ਸਰ ਪਿਆਰ ਬੜਾ ਸੀ ਸਾਡੇ ਸਾਰਿਆਂ ਨਾਲ ਸ਼ੁਰੂ ਤੋਂ ਉਹ ਟੱਬਰ ਜੀਆਂ ਦਾ ਅਸੀਂ ਮਾੜੇ ਸਾਂ ਤੇ ਉਹ ਠੀਕ ਠਾਕ ਸਨ ਰਿਸ਼ਤੇਦਾਰ ਸਨ ਲਾਹਰ ਫਿਰ ਭੈਣ ਭਰਾ ਮਾੜੇ ਭੈਣ ਭਰਾ ਦਾ ਕਈ ਜਿਹੜੇ ਚੰਗੇ ਨੇ ਉਹ ਅਹਿਸਾਸ ਕਰਦੇ ਅੱਗੋਂ ਤੜਾ ਉਹ ਭੈਣਾ ਭੈਣਾ ਦਾ ਆਪਸ ਚ ਹੋ ਗਿਆ ਕਈਆਂ ਦਾ ਮੈਂ ਉਦਣ ਗਈ ਸਾਂ ਗੱਖੜ ਤੇ ਮੈਂ ਸੋਸ ਬੋਬੀ ਦਾ ਕਰਨ ਗਈ ਨਾ ਮੈਂ ਕਿਹਾ ਚੱਲ ਜਾਂਦੀ ਹੁਣ ਕਾ ਸਰੀਰ ਦਾ ਦੱਸ ਗਿਆ ਦੋ ਮਹੀਨੇ ਹੋ ਗਏ ਮੈਂ ਨਹੀਂ ਗਈ ਮੈਂ ਜਾਂਦੀ ਹੁਣ ਹੋ ਕੇ ਜਾਣਾ ਗੱਖੜ ਚੱਲੀ ਤੂੰ ਉਹਨੇ ਮੈਨੂੰ ਉਹਨਾਂ ਦਿੱਤਾ ਅਜੇ ਅੱਜ ਦੋ ਭੈਣਾਂ ਰਾਤ ਰਵਾਂਗੇ ਜਦ ਗੱਲਾਂ ਬਾਤਾਂ ਕਰਾਂਗੀਆਂ ਉਹ ਸਵੇਰੇ ਸਾਦੀਆਂ ਨੇ ਫੋਨ ਕੀਤਾ ਨਹੀਂ ਸਚਨਮ ਨੇ ਫੋਨ ਕੀਤਾ ਫੁੱਫੋ ਆਏ ਨੀ ਸਾਦੀਆਂ ਦੀ ਹਾਏ ਉਹ ਮੀਤ ਕੱਲ ਦੇ ਟੁਰ ਗਏ ਨੇ ਲੈ ਫੁੱਫੋ ਤੇ ਆਏ ਕੋ ਨੇ ਫਿਰ ਇਹਨਾਂ ਨੂੰ ਫੋਨ ਕੀਤਾ ਉਸਮਾਨ ਨੂੰ ਕਿ ਅੰਮੀ ਕਦੋਂ ਗਏ ਸਨ ਅੰਮੀ ਲੋਹੜੀ ਲੱਗੇ ਸਨ ਤੇ ਅੰਮੀ ਕਹਿੰਦੇ ਮੈਂ ਜਾਂਦੀ ਕਹੀ ਆਵਾਂ ਫਿਰ ਬਸ ਫਿਰ ਭਾਵੇਂ ਮੈਂ ਆਂਟੀ ਨਹੀਂ ਨਾ ਜਾਣ ਦਿੱਤਾ ਫਿਰ ਮੈਂ 10 ਵਜੇ ਤੇ ਕਾਸਰ ਕਹਿੰਦਾ ਨਾ ਜਾਓ ਆਂਟੀ ਤੁਹਾਨੂੰ ਦੋਵਾਂ ਭੈਣਾਂ ਲੋਹੜੇ ਦਾ ਮੈਂ ਲੈ ਜਾਂਦਾ ਗੱਡੀ ਦੀ ਤੇ ਯਾਦਗੀ ਲੈ ਸਾਨੂੰ ਦੋਵਾਂ ਭੈਣਾਂ ਨੂੰ ਕਿੱਥੇ ਲੈ ਕੇ ਜਾਣੇ ਉਹਨੇ ਵੀ ਜਾਣਾ ਪੱਪੂ ਵੱਲ ਤੇ ਮੈਂ ਜਾਣਾ ਸੀਮਾ ਤੇ ਸੀਮਾ ਗਈ ਮਾਰ ਤੇ ਮੈਂ ਹੁਣ ਕਿਹਦੇ ਕੋਲ ਜਾਵਾਂ ਅੱਛਾ ਨਹੀਂ ਪੁੱਤਰ ਮੈਨੂੰ ਨਹੀਂ ਤੂੰ ਆਂਟੀ ਨੂੰ ਛੱਡ ਮੈਂ ਕਿਹਾ ਨਹੀਂ ਮੈਂ ਇੰਨਾ ਚਿਰ ਵੇਖ ਮੈਂ ਰਾਤ ਦੀ ਆਈ ਹਾਂ ਭਾਵੇਂ ਪਿਛਲੇ ਆ ਅਗਲੇ ਵਾਲ ਵਖਾ ਪਿਆ ਹੋਵੇ ਤੇ ਕੋਲ ਮੋਬਾਈਲ ਰੱਖਣਾ ਸੀ ਨਾ ਮੈਂ ਜੋ ਤੋੜ ਛੜਿਆ ਬੜਾ ਲਿਆ ਸੀ ਉਹ ਫਿਰ ਨਹੀਂ ਉੱਥੇ ਗਈ ਤੇ ਉੱਥੇ ਜਾਂਦੇ ਸ਼ੁਕਰ ਏ ਪੁੱਪੋ ਤੁਸੀਂ ਸਾਡੀ ਜਾਨ ਸਕਾਈ ਸੀ ਮੈਂ ਕਿਹਾ ਮੈਂ ਕਈ ਹਾਲ ਦੱਸਿਆ ਤੇ ਅੱਜ ਉਹਨਾਂ ਨੂੰ ਮੈਂ ਕਈ ਹਾਲ ਜਾਣਾ ਤੇ ਉਹਨੇ ਆਉਣ ਹੀ ਨਾ ਦਿੱਤਾ ਉਹ ਫਿਰ ਨਾਸ਼ਤਾ ਕਰਕੇ ਤੇ ਫਿਰ ਮੈਂ 10 ਵਜੇ ਨਾਲ 10:30 ਗੱਖੜ ਪਹੁੰਚੀ ਕੁੜੀਆਂ ਉਹਦੇ ਪੁੱਪੋ ਤੋਂ ਸਾਡਾ ਜੀਣਾ ਦਾ ਠੀਕ ਠਾਕ ਤੁਸੀਂ ਸੁਣਿਆ ਕੱਲ੍ਹ ਦੇ ਆਇਓ ਮੈਂ ਤੇਰੀ ਪੁੱਪੀ ਕਈ ਹਾਲ ਗਈ ਸਾਂ ਤੇ ਉੱਥੋਂ ਫਿਰ ਉਹਨੇ ਆਉਣ ਹੀ ਨਾ ਦਿੱਤਾ ਬੋਬੀ ਮਰ ਗਈ ਨਾ ਪਹਿਲਾਂ ਬੰਦਾ ਮਰ ਗਿਆ ਹਾਂ ਮੈਂ ਉਦੋਂ ਹੀ ਵੇਖਿਆ ਜਦੋਂ ਭਾਬੀ ਖਰਾ ਫੋਤ ਹੋਏ ਨੇ ਨਾ ਉਦੋਂ ਦੋਵੇਂ ਆਏ ਨੇ ਹਨਾ ਹੋਈ ਸੀ ਨਾ ਐਨਕ ਵਾਲੇ ਆਹੋ ਉਹਨਾਂ ਦੀ ਜਦੋਂ ਦੀ ਜਿੰਨਾ ਬੋਬੀ ਫੋਤ ਹੋ ਗਈ ਨਾ ਮੈਂ ਘਰੋਂ ਹੀ ਨਹੀਂ ਨਿਕਲਦੀ ਮੈਂ ਆਪਣੇ ਇੱਕ ਹੀ ਘਰ ਚ ਰਹਿੰਦੇ ਸਨ ਉਹ ਥੱਲੇ ਰਹਿੰਦੇ ਨੇ ਉੱਤੇ ਰਹਿੰਦੇ ਨੇ ਅੱਛਾ ਨਹੀਂ ਮੈਂ ਸਾਰਾ ਦਿਨ ਹਿਸਾਬ ਦਾ ਅੰਦਰ ਹੀ ਰਹਿੰਦੀ ਹਾਂ ਰਾਤ ਨੂੰ ਲੇਟ ਸੌਂਦੀ ਹਾਂ ਤੇ ਸਵੇਰੇ ਲੇਟ ਉੱਠਦੀ ਹਾਂ ਸਭ ਨਮਾਜ਼ ਪੜ੍ਹ ਕੇ ਫਿਰ ਸੌਂ ਜਾਂਦੀ ਹਾਂ ਅੱਛਾ ਜਿੱਦਣ ਮੈਂ ਗਈ ਉਦੋਂ ਤਾਂ ਸਾਰੀ ਰਾਤ ਅਸੀਂ ਸੁੱਤੀਆਂ ਹੀ ਨਾ ਸਰਗੀ ਵੇਲੇ ਸੁੱਤੀਆਂ ਤੇ ਫਿਰ ਮੈਂ ਤੇ ਫਿਰ ਪਤਾ ਆਦਾ ਤੇ ਸਰਗੀ ਉੱਠ ਪੈਂਦੀ ਪਰ ਮੈਂ ਨਾ ਸੁੱਤੀ ਫਿਰ ਮੈਂ ਉੱਠ ਕੇ ਨਮਾਜ਼ ਨੂੰ ਪੜ੍ਹ ਕੇ ਨਾਸ਼ਤਾ ਕਰਕੇ ਫਿਰ ਮੈਂ ਗੱਖੜ ਗਈ ਮੋਹਿਤ ਬਿਆਨ ਦਾ ਕਹਿੰਦਾ ਮੈਂ ਦਾਦੋ ਕੇ ਘਰ ਜਾਣਾ ਮੈਂ ਆਖਿਆ ਨਾ ਜਾਈ ਮੈਨੂੰ ਆਖ ਕੇ ਆਈ ਤਾ ਮੈਂ ਫਰਾਕ ਠੀਕ ਘੱਲਾ ਦੇ ਤੇ ਕੱਪੜੇ ਸਾਨੂੰ ਘੱਲਿਆ ਕਰ ਜਿੰਨਾ ਉਹ ਜਿੱਥੇ ਕਿਰਾਏ ਤੇ ਰਹਿ ਕੇ ਆਏ ਸਨ ਉਹ
ਕੱਪੜੇ ਆਪੇ ਲੈ ਜਾਂਦੀ ਤੇ ਆਪੇ ਦੇ ਜਾਂਦੀ ਉਹਨੇ ਕਹਾ ਸਰ ਕੋਲ ਟਾਈਮ ਹੀ ਨਹੀਂ ਹੁੰਦਾ ਨਾ ਮੈਂ ਜਾਣੀ ਉਹ ਆਪੇ ਆਪ ਦੇ ਜਾਂਦੀ ਤੇ ਆਪੇ ਲੈ ਜਾਂਦੀ ਤੇ ਚੱਲ ਤੂੰ ਕਦੇ ਫਿਰ ਮੋਈਜ਼ ਨੂੰ ਘੱਲ ਕੇ ਤੇ ਮੰਗਾ ਲਏ ਫਿਰ ਮੈਂ ਤੁਹਾਨੂੰ ਮੈਂ ਸੀ ਲਾ ਵੱਡੇ ਕੱਪੜੇ ਤੇ ਫਿਰ ਸੀਵਾਂਗੇ ਖਰਾਬ ਉਹਦਾ ਨਿੱਕੇ ਨਿੱਕੇ ਕੱਪੜਿਆਂ 'ਤੇ ਟਾਈਮ ਲੱਗਦਾ ਅਸੀਂ ਕੱਪੜੇ ਸੀਵਾਂਗੇ ਫਿਰ ਜਾਈ ਗੈਸ ਵਾਲਾ ਲੱਗ ਜਾਏ ਨਾ ਉਹ ਫਿਰ ਇਹ ਬੜਾ ਫਾਇਦਾ ਹੋ ਜਾਂਦਾ ਜਦੋਂ ਮਰਜ਼ੀ ਗਰਮ ਪਾਣੀ ਕੱਢਿਆ ਤੇ ਨਾ ਲਿਆ ਉਹ ਪੁਰਾਣੇ ਘਰ ਨਹੀਂ ਸੀ ਫਲੈਟ ਵਾਲੇ ਘਰਾਂ 'ਚ ਲੱਗਾ ਸੀ ਸਾਡਾ ਗੀਜ਼ਰ ਤੇ ਇੱਥੇ ਹੁਣ ਗੈਸ ਸਾਨੂੰ ਅਸੀਂ ਉਹਦੇ 'ਤੇ ਨਹੀਂ ਲਾਇਆ ਸੀ ਸਿਲੰਡਰ 'ਤੇ ਲਾਇਆ ਗੈਸ ਕੋਲ ਨਹੀਂ ਉੱਥੇ ਹੈ ਲੇਕਿਨ ਉਹਨਾਂ ਕੋਲ ਨਹੀਂ ਨਾ ਕਨੈਕਸ਼ਨ ਅਸੀਂ ਲਿਆ ਉਹ ਆਖਣਗੇ ਇੱਥੇ ਗੀਜ਼ਰ ਵੀ ਲਾ ਲਿਆ ਬੇਸਨ ਲਵਾਇਆ ਨਾ ਤਾਂ ਉਹਦੇ 'ਤੇ ਦੋ ਹੀ ਟੂਟੀਆਂ ਲਵਾਈਆਂ ਸਨ ਮੈਂ ਚਲੋ ਅੱਜ ਸੌਖਾ ਹੋਏਗਾ ਨਾ ਤੂੰ ਉਹ ਲਵਾ ਲਾਂਗੇ ਜਿਹੜਾ ਕੋ ਛੋਟਾ ਨਹੀਂ ਜਿਹੜਾ ਤੁਸਾਂ ਲਵਾਇਆ ਉਹ ਜਿਹੜਾ 8-10 ਹਜ਼ਾਰ ਦਾ ਲੱਗਦਾ ਆਹੋ ਸਾਡਾ ਤੈਨੂੰ 7,000 ਦਾ ਆ ਇਸੇ ਤੇ ਮੈਂ ਦੋ ਹੀ ਟੂਟੀਆਂ ਲਵਾਈਆਂ ਥੱਲੇ ਬੇਸਨ ਦੇ ਉੱਤੇ ਮੈਂ ਪੈਰ ਵਜ਼ੂ ਕਰਨਾ ਹੁੰਦਾ ਫਿਰ ਬਿਮਾਰ ਹੋ ਜਾਂਦੀਆਂ ਠੰਡੇ ਪਾਣੀ ਨਾਲ ਸਿਕਰੀ ਵੀ ਟੁੱਟਦੀ ਹੈ ਨਾ ਤੇ ਇੰਝ ਲੱਗਦਾ ਜਿਵੇਂ ਸਿਰ 'ਚ ਨਾ ਉਹ ਜਿਹੜੀ ਹਾਰਿਸ਼ ਹੁੰਦੀ ਸਿਕਰੀ ਉਹ ਜੋ ਨਵੀਂ ਵਾਇਰਿੰਗ ਕਰਾ ਗਈ ਨਾ ਇਹ ਤੇ ਇਹਦੇ ਤੇ ਪਾਣੀ ਬੜਾ ਹੁੰਦਾ ਜਿਹੜਾ ਤੇ ਨਿੱਘਾ ਹੁੰਦਾ ਥੋੜ੍ਹਾ ਜਿਹੀ ਟੂਟੀ ਖੋਲੀਏ ਨਾ ਜੀ ਤੇ ਨਿੱਘਾ ਪਾਣੀ ਹੋ ਜਾਂਦਾ ਮੋਹੀ ਤਾਂ ਜਿਵੇਂ ਠੰਡੇ ਪਾਣੀ ਨਾਲ ਨਹਾਉਂਦਾ ਮੇਰੇ ਮੀਆਂ ਵੀ ਸਹੁ ਸਰਦੀ ਵਿੱਚ ਠੰਡੇ ਪਾਣੀ ਨਾਲ ਨਹਾ ਲੈਂਦੇ ਤੁਹਾਡੀ ਤਾਂ ਟੈਂਕੀ ਦਾ ਪਾਣੀ ਹੁੰਦਾ ਨਾ ਠੰਡਾ ਸਾਡੀ ਮੋਟਰ ਦਾ ਪਾਣੀ ਕੋਲ ਹੋਏ ਵੈਰਿੰਗ ਨਵੀਂ ਹੋਈ ਤਾਂ ਪਾਣੀ ਬੜਾ ਹੁੰਦਾ ਤੇ ਨਿੱਘਾ ਹੋ ਜਾਂਦਾ ਮੋਹੀ ਤਾਂ ਠੰਡੇ ਗਰਮ ਪਾਣੀ ਨਾਲ ਨਹਾਉਂਦਾ ਹੁਣ ਕਹਿੰਦੇ ਦਾਦਾ ਥੋੜ੍ਹਾ ਸਾ ਮੇਰੇ ਲਈ ਦਹੀਂ ਰੱਖਦਾ ਮੈਂ ਕਿਉਂ ਮੈਂ ਆਪਣੇ ਬਾਲੋਂ ਕੋਲ ਲਗਾਉਣਾ ਮੈਂ ਕਿਹਾ ਚੱਲ ਇਹਦੀ ਸਰਦੀ ਤੂੰ ਬਾਲਾਂ ਲਗਾਉਣਾ ਤੇ ਇਹਨਾਂ ਨੂੰ ਫੈਸ਼ਨ ਸਾਰ ਨਹੀਂ ਲੈਣੀ ਬੱਚਿਆਂ ਨੂੰ ਕਿੱਡਾ ਪਤਾ ਜੇ ਹਾਂ ਮੈਂ ਟਿਊਸ਼ਨ ਜਾਂਦੀ ਨਾ ਬੜਾ ਧਿਆਨ ਰੱਖਦਾ ਆਪਣਾ ਮੋਈ ਅੱਛਾ ਆ ਜੋੜੇ ਲਾ ਲਾ ਕੇ ਧਰੀ ਮਾਂ ਦੀ ਇੱਕ ਤੇ ਮੇਰੇ ਪੁੱਤਰ ਦੇ ਨਹੀਂ ਜੋੜੇ ਸਾ ਲੈਂਦੇ ਦਾਦੀ ਦੇ ਤੇ ਪੁੱਤਰ ਦੇ ਦੋ ਪੋਤਰੇ ਤੇ ਦੋਵਾਂ ਦੇ ਜੋੜੇ ਵੀ ਇੱਕ ਸਾ ਉਹਨੇ ਸਾਡੇ ਸਾਰਿਆਂ ਦੇ ਨਹੀਂ ਜਿੰਨੇ ਇਹਨਾਂ ਦਾਦੀ ਪੋਤਰੇ ਦੇ ਮੇਰੇ ਨਾਨਾ ਦੀ ਇੱਕ ਸਹੇਲੀ ਹੁੰਦੇ ਸਨ ਔਰ ਰੋਜ਼ਾਨਾ ਕੱਪੜੇ ਬੁੱਢੇ ਵੀ ਹੋ ਗਏ ਸਨ ਰੋਜ਼ਾਨਾ ਕੱਪੜੇ ਚੇਂਜ ਕਰਕੇ ਸੋਨੇ ਦੇ ਬਟਨ ਹੀ ਹੁੰਦੇ ਸਨ ਉਹਨਾਂ ਦੇ ਹਾਂ ਪਤਾ ਪੁਰਾਣੇ ਦੌਰ 'ਚ ਲੁਹਾਰ ਸਨ ਸੋਨੇ ਦੇ ਬਟਨ ਦੋ ਰੱਖੇ ਹੋਏ ਸਨ ਉਹ ਲੱਗੇ ਹੁੰਦੇ ਸਨ ਅਤੇ ਇਹ ਦੂਸਰੇ ਕਾਜ ਬਟਨ ਦੀ ਬਜਾਏ ਨਾ ਉਹ ਲਾਏ ਹੁੰਦੇ ਸਨ ਉਹਨਾਂ ਨੇ ਹਰ ਬੰਦੇ ਦਾ ਆਪਣਾ ਨਹੀਂ ਮੈਂ ਸੂਟ ਤੇ ਹਰ ਸੂਟ ਤੇ ਸਿੰਗਾਰ 'ਚ ਹਾਂ ਬੰਦਾ ਜਦੋਂ ਹੋ ਜਾਂਦਾ ਨਾ ਚੂੜੀਆਂ ਵੀ ਕਲਾਕਟ ਵੀ ਵਜ਼ੂ ਕਰਦਿਆਂ ਕੁੱਦਿਆਂ ਕੋਈ ਅੰਦਰ ਫਿਰ ਉਹ ਤਾਂ ਕਦੇ ਨਾਲ ਲਾ ਛੱਡੀ ਦੇ ਕੱਪੜੇ ਕੋਈ ਨਹੀਂ ਹੋ ਬੱਚੇ ਛੋਟੇ ਹੁੰਦੇ ਨੇ ਦੀਸੇ ਚੌਥੇ ਦੇ ਨਾਲ ਹੀ ਰਹੇ ਕਿਉਂਕਿ ਕੋਈ ਪਿਸ਼ਾਬ ਪਿਊ ਕਰ ਹੁਣ ਨਾ ਕੋਈ ਵੱਡਾ ਛੋਟਾ ਬੱਚਾ ਨਾ ਕੋਈ ਇਹੋ ਜਿਹਾ ਹੁਣ ਆਪਣਾ ਹੀ ਹੈ ਜੋ ਵਡੇਰੇ ਆ ਕਦੇ ਖਾਸੀ ਖੁਸ਼ੀ ਲੱਗੀ ਹੋਵੇ ਤੇ ਸਹੀ ਹੈ ਮੇਰੇ ਤੇ ਚਿਹਰੇ ਅੱਗੇ ਰਾਤ ਨੂੰ ਸਵੇਰਾ ਦਾ ਨਾ ਤੀਸਰੇ ਨੰਬਰ ਵਾਲੇ ਮੁੰਡੇ ਦੀ ਸਮਾਈਲ ਵਾਰ ਵਾਰ ਆਏ ਬਾਜੀ ਏਡੀ ਸੋਹਣੀ ਇਹਨੇ ਮੁਸਕਰਾਹਟ ਜੇ ਹੱਸਦਾ ਜਿਹੜਾ ਵੱਡਾ ਸੂ ਨਾ ਉਹ ਟੱਗਾ ਸੂ ਦੂਸਰੇ ਸਾਰੇ ਬੱਚੇ ਬੜੇ ਨੇ ਤੇ ਸਾਡੇ ਨਾਲ ਅਸੀਂ ਆਖੇ ਲਾਹੌਰ ਜਾਣਾ ਕਹਿੰਦਾ ਆਹੋ ਮੈਂ ਜਾਣਾ ਮਾਂ ਫਿਰ ਨਾ ਝੂਠੀ ਮੁੱਠੀ ਰੋਣ ਲੱਗ ਗਏ ਕਿ ਤੂੰ ਮੈਨੂੰ ਛੱਡ ਕੇ ਚਲੇ ਜਾਣਾ ਤੇ ਫਿਰ ਵੀ ਮਾਂ ਨੂੰ ਇਹਦਾ ਸਭ ਇਹ ਤੇ ਰੋਂਦੀ ਹੈ ਫਿਰ ਮਾਂ ਦੇ ਕੁੱਛੜ ਚੜ ਗਿਆ ਸੀ ਤਿੰਨ ਬੱਚੇ ਜੋੜਿਆਂ ਵਾਲਾ ਸਾਲ ਨਹੀਂ ਹੈਗਾ ਤਿੰਨਾਂ ਨੂੰ ਪੈਂਪਰ ਲਾਉਂਦੀ ਤਿੰਨਾਂ ਦੇ ਇਕੱਠੇ ਫੀਡਰ ਉਹਨਾਂ ਦੇ ਮੁੱਕ ਜਾਂਦੇ ਨੇ ਤੇ ਇਕੱਠੇ ਹੀ ਉਹਨਾਂ ਦੇ ਪੈਂਪਰ ਲਾ ਜਾਂਦੇ ਬੜੀ ਉਹਦੀ ਜਾਨ ਬਾਜੀ ਪੋਤਰੇ ਪੋਤਰੀਆਂ ਨੂੰ ਵੇ ਵੇ ਹੁਸ਼ ਹੁੰਦੀ ਹਾਂ ਬਾਜੀ ਇਸੇ ਤੋਂ ਇਧਰ ਹੁੰਦੇ ਨਹੀਂ ਬੋਕਾ ਆਪਣੀਆਂ ਨਹੀਂ ਹੋਰੀਆਂ ਰਜ਼ਾਕ ਨਹੀਂ ਕੁੜੀਆਂ ਨੂੰ ਵੇ ਵੇ ਹੁਸ਼ ਹੁੰਦੇ ਨੇ ਨੇ ਸਾਡੇ ਘਰ ਵੀ ਤਾਂ ਹੀ ਆਉਂਦੇ ਨੇ ਸਾਡੇ ਵਾਲ ਜੱਫੇ ਮਾਰਦੇ ਤੇ ਮੂੰਹ ਚੁੱਕਦੇ ਦਾਦੀ ਦਾ ਤੈਨੂੰ ਆਖਿਆ ਗੋਭੀ ਬਣਾ ਹਰਾਮ ਦੀਆਂ ਮਾਰ
ਮੇਰੇ ਯੂਜ਼ਰ ਆਂਦੇ ਆ ਦੂਸਰੀ ਤੀਸਰੀ ਵਾਰੀ ਆਖਿਆ ਤੇ ਗਾਲੀਆਂ ਨਹੀਂ ਕਰਦੇ ਆ ਪੰਜਾਬੀਆਂ ਜੇ ਪੰਜਾਬ ਦੀ ਭੈਣ ਪਿੰਡ ਦੀ ਪੰਜਾਬਣਾਂ ਦੀ ਜੂਆ ਕੱਢ ਕੇ ਆਏ ਆ ਤੇ ਹੁਣ ਉਹ ਫਿਰ ਗਾਲਾਂ ਸ਼ਰਾਂ ਕੱਢ ਲੈਂਦੀਆਂ ਸਿੱਖ ਤੇ ਆਖਣਗੇ ਕਿੱਡੀ ਸੋਹਣੀ ਜ਼ਬਾਨ ਹੈ ਤੁਹਾਡੀ ਸਿੱਖਣੀਆਂ ਹੁਣ ਕਹ ਦੱਸਦੇ ਉਹਨਾਂ ਨੇ ਆਪਣੇ ਉਹਦੇ ਤੇ ਵੀਡੀਓ ਚੜਾਈ ਹੈ ਨਾ ਅਸੀਂ ਤੇ ਕਹਿੰਦੇ ਨਾ ਅਸੀਂ ਨਹਾਉਣ ਲੱਗੇ ਹਾਂ ਉਹ ਆਉਂਦੇ ਨੇ ਨਹਾਉਣਾ ਕਰ ਲਈਏ ਜ਼ਰਾ ਨਹਾਉਣਾ ਕਰ ਲਈਏ ਜ਼ਰਾ ਹਰ ਬੰਦੇ ਦੀ ਆਪਣੀ ਜ਼ਬਾਨ ਹਰ ਮੁਲਕ ਹਾਂਜੀ ਸਭਾ ਤੋਂ ਉੱਥੇ ਹੁੰਦੀ ਸੀ ਤੇ ਉਹਦਾ ਅੱਬਾ ਜੀ ਤੋਂ ਵੇਖੇ ਹੋਣੇ ਨੇ ਕਿਹਦੇ ਅੱਬਾ ਜੀ ਸਾਡੇ ਅੱਬਾ ਜੀ ਨਹੀਂ ਮੈਨੂੰ ਨਹੀਂ ਯਾਦ ਲੇਕਿਨ ਮੈਨੂੰ ਇਹ ਅੰਮੀ ਹੋਰੀ ਦੱਸਦੇ ਨੇ ਕਿ ਮੇਰੇ ਮਾਮੂ ਦੀ ਦੁਕਾਨ ਤੇ ਬਹਿੰਦੇ ਹੁੰਦੇ ਸਨ ਮੈਨੂੰ ਮੈਂ ਸ਼ਾਇਦ ਧਿਆਨ ਨਹੀਂ ਲੇਕਿਨ ਮੈਨੂੰ ਆਪਣੀ ਸੱਸ ਦਾ ਯਾਦ ਹੈ ਕਿ ਇੱਕ ਦਿਨ ਬੜੇ ਮੈਂ ਉਦੋਂ ਨਾ ਟਿਊਸ਼ਨ ਪੜ੍ਹਨ ਜਾਂਦੀ ਸਾਂ ਮੇਰੀ ਯਾਦਾਸ਼ਤ ਬੜੀ ਅੱਛੀ ਹੈ ਤੇ ਭਾਈ ਮਦਸਰ ਤੇ ਉੱਥੇ ਹੀ ਰਹੇ ਨੇ ਨਾ ਗੱਖੜ ਭਾਈ ਮਦਸਰ ਦਾ ਮੈਨੂੰ ਪਤਾ ਭਾਈ ਬਸ਼ਰ ਦਾ ਨਹੀਂ ਮੈਨੂੰ ਪਤਾ ਨਹੀਂ ਉਹਨਾਂ ਦਾ ਨਹੀਂ ਮੈਨੂੰ ਪਤਾ ਮਾਮੂ ਜੀ ਸ਼ੇਰ ਖਾਂ ਤੇ ਉਂਝੀ ਉੱਥੇ ਰਹਿੰਦੇ ਸਾਂ ਤੇ ਦੋ ਬੰਦੇ ਨਾ ਲੈ ਕੇ ਨਾ ਉਹ ਜਿਹੜਾ ਸਰਫਰਾਜ਼ ਭਾਈ ਦਾ ਮੌਲਵੀ ਸਾਹਿਬ ਦਾ ਘਰ ਨਹੀਂ ਸੀ ਪੁਰਾਣਾ ਘਰ ਸੀ ਜਿਹੜਾ ਉੱਥੋਂ ਲੈ ਕੇ ਨਿਕਲਦੇ ਨੇ ਤੇ ਬੜੇ ਉਹਨਾਂ ਦੀ ਬਿਲਕੁਲ ਤਾੜੇ ਹਾਰ ਸੀ ਮਾਂਦਰਾ ਜਿਹੜਾ ਨਾ ਯਾਦ ਸਾਂਵਲਾ ਸਾਰਾ ਰੰਗ ਸੀ ਤੇ ਉੱਚੇ ਲੰਬੇ ਸਨ ਤੇ ਬਿਮਾਰ ਸਨ ਤੇ ਲੈ ਕੇ ਉਤਰਦੇ ਨੇ ਪਿਥੜੇ ਤੋਂ ਮੈਂ ਟਿਊਸ਼ਨ ਚੱਲੀ ਸਾਂ ਉਹਨਾਂ ਦਾ ਮੈਨੂੰ ਯਾਦ ਹੈ ਭਾਵੇਂ ਉਹਨਾਂ ਦਿਨਾਂ 'ਚ ਫੌਤ ਹੋਏ ਹੋ ਸਕਦਾ ਉਦੋਂ ਉੱਥੇ ਰਹਿੰਦੇ ਸਨ ਜਿਹੜਾ ਪੁਰਾਣਾ ਸਾਰਾ ਘਰ ਨਹੀਂ ਸੀ ਹਾਂਡੀਆਂ ਵਗੈਰਾ ਆਂਟੀ ਹੋਰੀ ਉੱਥੇ ਮੈਂ ਨਾਨਾ ਦੇ ਨਾਲ ਨਾ ਕਮੇਟੀ ਲੈਣ ਵੀ ਜਾਂਦੀ ਤੁਸੀਂ ਇਹਦੇ ਦਸਵਾਂ ਨਵੇਂ ਘਰ 'ਚ ਕੀਤਾ ਹੁਣ ਇਹ ਜਿਹੜਾ ਇੱਧਰ ਵਾਲਾ ਹੈ ਇਹ ਵੀ ਸੋਚਿਆ ਹੋਣਾ ਨਾ ਜ਼ਿਆਦਾ ਜੀ ਨਹੀਂ ਤਾਂ ਚਲੋ ਅੱਛਾ ਜਿੱਦਾਂ ਫੋਟ ਹੋਣਾ ਸੀ ਨਾ ਤੇ ਬਸ਼ਰ ਨੂੰ ਆਉਂਦੇ ਨੇ ਬਸ਼ਰ ਅੱਜ ਤੂੰ ਨਾਸ਼ਤਾ ਲੈ ਰੋਟੀ ਗਖੜੋ ਹੁੰਦੀ ਸੀ ਨਾ ਹਾਂਜੀ ਆਉਂਦੇ ਨੇ ਬਸ਼ਰ ਅੱਜ ਤੂੰ ਨਾਸ਼ਤਾ ਲਿਆਉਣਾ ਆਉਂਦਾ ਠੀਕ ਹੈ ਜਨਾਬ ਆ ਜਾਏ ਤਾਂ ਕੀ ਖਾਣਾ ਮੇਰੇ ਵੱਡਿਆਂ ਨੇ ਆਉਂਦੀ ਹੈ ਛੇ ਨਾਲ ਚੱਲ ਠੀਕ ਹੈ ਜਨਾਬ ਬਸ਼ਰ ਉੱਥੇ ਹੀ ਸੀ ਤੇ ਬਸ਼ਰ ਸਵੇਰੇ ਸੱਤ ਅੱਠ ਦਾ ਟਾਈਮ ਹੋਇਆ ਬਸ਼ਰ ਲੈ ਕੇ ਨਾਲ ਆ ਗਿਆ ਪਰ ਆਉਂਦੀ ਹੈ ਚਲੋ ਹੁਣ ਖਾ ਲਓ ਮੈਂ ਕਿਹਾ ਨਹੀਂ ਅੰਮਾ ਤੁਸੀਂ ਪਹਿਲਾਂ ਖਾ ਲਓ ਤੇ ਅਸੀਂ ਬਾਅਦ ਚੋਂ ਖਾ ਲੈਣਾ ਆਉਂਦੇ ਨੇ ਚੱਲ ਠੀਕ ਹੈ ਕੋਈ ਨਾਨ ਖਾ ਕੇ ਨਾ ਤੇ ਆਉਂਦੇ ਨੇ ਬਸ ਤੇ ਮੈਂ ਕਿਹਾ ਛੇ ਫਿਰ ਮੰਗਾਈ ਤੂੰ ਦੋ ਖਾਓ ਆਪਣੇ ਹਿੱਸੇ ਦੇ ਆਉਂਦੇ ਨੇ ਬਸ ਨਹੀਂ ਅੜੀ ਮੈਂ ਰੱਜ ਨਹੀਂ ਹਾਂ ਮੈਂ ਨਹੀਂ ਖਾਣਾ ਕੋਈ ਬਸ ਮੈਂ ਚਲੋ ਠੀਕ ਹੈ ਤੇ ਮੈਂ ਕਿਹਾ ਬੱਚਾ ਆਉਂਦੇ ਨੇ ਜਾ ਕੇ ਨਾ ਉੱਥੇ ਉੱਥੇ ਜਿੱਥੇ ਅਲੀ ਨੂੰ ਨਹੀਂ ਸੀ ਦਾਖਲ ਕਰਾਇਆ ਉਦੋਂ ਉੱਥੇ ਨਹੀਂ ਸਰ ਬੈੱਡ ਹੁੰਦੇ ਜਾ ਕੇ ਨਾ ਪਹਿਲਾਂ ਤੁਸੀਂ ਦੋ ਭੈਣ ਭਰਾ ਰੋਟੀ ਖਾ ਲੋ ਮੈਂ ਕਿਹਾ ਨਹੀਂ ਮੰਮਾ ਤੂੰ ਇੰਜ ਕਰਕੇ ਤੁਸੀਂ ਦਵਾਈ ਖਾ ਲੋ ਤੇ ਸਾਡੀ ਫਿਕਰ ਖਤਮ ਹੋਈ ਫਿਰ ਅਸੀਂ ਖਾ ਲਈਆਂ ਸਾਨੂੰ ਅਜੇ ਨੀ ਭੁੱਖਾ ਨਹੀਂ ਇੱਥੇ ਵਿਆਹ ਤੇ ਮਜ਼ਬੂਰੀ ਤੋਂ ਖਾਧੀ ਹੈ ਇੱਥੇ ਬੜੀ ਸਮੈਲ ਮੇਰਾ ਨੀ ਦਿਲ ਕਰਦਾ ਬੈੱਡ ਤੇ ਜਾਣ ਤੇ ਉੱਥੇ ਜਾ ਕੇ ਨਾ ਦੋ ਭੈਣ ਭਰਾ ਰੋਟੀ ਖਾ ਲੋ ਮੈਨੂੰ ਬੱਚਾ ਖਲੋ ਜਾ ਅੰਮਾ ਰੋਟੀ ਖਵਾਈ ਹੈ ਤੇ ਦਵਾਈ ਵੀ ਖਾ ਲਈਏ ਤੇ ਫਿਰ ਜਾ ਕੇ ਖਾ ਲਈ ਸਭਾ ਉਹ ਜਿਹੜੀ ਅੰਮਾ ਨੂੰ ਗੋਲੀ ਦਿੱਤੀ ਹੈ ਨਾ ਅੰਮਾ ਦੇ ਰਿਸ਼ਤੇਦਾਰ ਨੇ ਗੋਲੀ ਅੰਦਰ ਹੀ ਨਹੀਂ ਜਾਣ ਦਿੱਤੀ ਦਵਾਈ ਹਲਕ ਤੇ ਹਲਕ ਬਾਜੀ ਵੀ ਨਾ ਕਹਿੰਦੇ ਸਨ ਪੇ ਕਿ 35-40 ਸਾਲ ਦਾ ਫਰਕ ਸੀ ਬਾਜੀ ਦਾ ਤੇ ਅੰਮਾ ਦਾ ਹੈ ਲੋਕੀ ਕਹਿੰਦੇ ਨਾ ਬਾਬਾ ਭੱਟ ਤੇਰੀ ਨੂੰ ਰੋਟੀ ਲੈ ਕੇ ਆਈ ਤੇਰੇ ਸਾਡੀ ਉੱਥੇ ਹੀ ਰੋਟੀ ਪਈ ਰਹਿ ਗਈ ਬੱਸਰ ਲਿਆਉਂਦਾ ਡਾਕਟਰ ਲਿਖ ਲਿਆ ਦੇ ਜਾਂਦੇ ਟੀਕੇ ਬੱਸਰ ਲਿਆਉਂਦਾ ਟੀਕੇ ਪਵਾ ਪਵਾ ਕੇ ਆਕਸੀਜਨ ਪਾਉਂਦੇ ਸੀ ਅੰਮਾ ਨੂੰ ਫਰਕ ਹੀ ਨਹੀਂ ਪੈਂਦਾ ਅੰਮਾ ਦੀ ਇੰਜ ਉਹਨਾਂ ਨੂੰ ਉਹਦੀ ਲੱਗ ਗਈ ਸੀ ਆਖਰੀ ਰੋਟੀ ਸੀ ਉਹਨਾਂ ਦੀ
ਤੇ ਅੰਮਾ ਜੀ ਲਾ ਲਾ ਮੈਨੂੰ ਏਡੀ ਖੋਤੀਆਂ ਮੈਨੂੰ ਸਾਰੀ ਜ਼ਿੰਦਗੀ ਮੇਰੇ ਢਿੱਡ ਚੋਂ ਜਾ ਲਈ ਅੰਮਾ ਜੀ ਲਾਂਦੇ ਇੰਜ ਲਾਂਦੇ ਆ ਵਾਪਸ ਅੰਮਾ ਜੀ ਲਾ ਕੱਪੜਾ ਸੋਚਦੀ ਸੀ ਮੇਰੀ ਅੰਮਾ ਤੁਸੀਂ ਬੱਚੇ ਹੋ ਲਾਂਦੇ ਤੇ ਅੰਮਾ ਨੇ ਨਾ ਅੱਖਾਂ ਚੁੱਕ ਕੇ ਮੇਰੇ ਵੱਲ ਵੇਖਿਆ ਅੰਮਾ ਦੀ ਅੱਖਾਂ 'ਚ ਪਾਣੀ ਆਇਆ ਮੈਨੂੰ ਖੋਤੀ ਨੂੰ ਫਿਰ ਵੀ ਸਮਝ ਨਹੀਂ ਲੱਗੀ ਮੇਰੀ ਮਾਂ ਤੇ ਬੱਚਿਆਂ ਨੂੰ ਪਤਾ ਲੱਗ ਗਿਆ ਡਾਕਟਰਾਂ ਨੂੰ ਪਤਾ ਲੱਗ ਗਿਆ ਜਿਹੜਾ ਆਉਂਦੇ ਨਾ ਬੱਚਾ ਇਹਨੂੰ ਚਾਰ ਟੀਕੇ ਬੱਚਾ ਜਾਂਦਾ ਭੱਜ ਕੇ ਥੱਲਿਓ ਟੀਕਾ ਲੈ ਆਉਂਦਾ ਲਵਾ ਲੈਂਦੇ ਅੰਮਾ ਨੂੰ ਲੱਗੀ ਡਾਕਟਰ ਮੈਨੂੰ ਨੀ ਪਤਾ ਲੱਗਾ ਦੁਪਹਿਰ ਹੋਈ ਗਈ ਤੇ ਸੁਜਤਾ 3 ਵਜੇ ਰੋਟੀ ਲੈ ਕੇ ਆ ਗਈ ਸੁਜਤਾ ਮੈਨੂੰ ਆਂਦੀ ਬਾਜੀ ਉਦਣ ਦੇ ਤੁਸੀਂ ਹੋਈ ਹੈ 4-5 ਦਿਨ ਹੋ ਗਏ ਤੁਸੀਂ ਜਾਓ ਘਰ ਘੜੀ ਆਰਾਮ ਕਰ ਲਓ ਭੁੱਖੋ ਕੋ ਮੈ ਰਹੀ ਹਾਂ ਉਹਨੇ ਆਖਿਆ ਤੇ ਮੈਂ ਫਟਾਫਟ ਉਹ ਤਿਆਰ ਹੋ ਪਈ ਹਾਂ ਅਸਲ 3 ਵਜੇ ਆਈ ਹੈ ਤੇ ਆ ਕੇ ਨਾ ਮੈਂ ਅਸਲ ਤੇ ਰੋਟੀ ਰੋਟੀ ਖਾਧੀ ਹੈ ਤੇ ਆ ਗਈ ਹਾਂ ਆਈਆਂ ਆ ਕੇ ਜੇ ਮੈਂ ਨਾਤੀ ਨੂੰ ਤੇ ਮਾਜਨ ਮਗਰ ਆ ਗਿਆ ਆਂਟੀ ਮੈਂ ਹਾਂਜੀ ਬੜੀ ਭੈੜੀ ਖਬਰ ਹੈ ਮੈਂ ਕਿਹਾ ਕੀ ਹੋਇਆ ਨਾਨੂ ਫੌਤ ਹੋ ਗਿਆ ਮੈਂ ਉਸ ਵਕਤ ਨੂੰ ਇੰਨਾ ਕੁ ਪਛਤਾਈ ਇੰਨੇ ਦਿਨ ਮੈਂ ਕੋਲ ਨਹੀਂ ਮੈਨੂੰ ਖੋਤੀ ਨੂੰ ਸਮਝ ਨਹੀਂ ਲੱਗੀ ਮੇਰੀ ਮਾਂ ਚ ਚਲੋ ਖਿਦਮਤ ਤੇ ਕਰ ਲਈ ਨੈਣ ਦੇ ਉਹਨੇ ਦਿਨ ਮੈਂ ਹੀ ਕੋਲ ਰਹੀ ਹਾਂ ਉਹ ਦਿਨ ਅੰਮਾ ਦੀ ਫੌਤ ਹੋਣਾ ਸੀ ਨਾ ਅੰਮਾ ਹੀ ਸ਼ਾਮ ਵਾਲੀ ਫੌਤ ਹੋ ਗਿਆ ਸ਼ਾਮ ਦਾ ਵਜ਼ੂ ਮੈਂ ਆ ਕੇ ਨਹਾ ਕੇ ਵਜ਼ੂ ਕੀਤਾ ਹੀ ਅੰਮਾ ਜੀ ਦਾ ਆ ਗਿਆ ਉਹ ਵਕਤ ਨਹੀਂ ਨਾ ਜਾਂਦੀ ਘਰ ਆਏ ਨੇ ਸ਼ਗੂਤਾ ਤੇ ਸ਼ਗੂਤਾ ਨੂੰ ਅੰਗੂਠੀ ਪਾਈ ਸਨੇ ਨਾ ਉਹ ਵੀ ਅਤੇ ਗਲੀ ਚ ਬਹਿ ਗਏ ਥੱਲੇ ਤੇ ਆਉਂਦੇ ਨੇ ਕਾਲੀ ਖੇਡੀ ਆ 2 ਵਾਰਾਂ ਸ਼ਗੂਤਾ ਲੈ ਕੇ ਗਈ ਵਾਸ਼ਰੂਮ ਕੋਈ ਨਹੀਂ ਹੁੰਦਾ ਵਾਸ਼ਰੂਮ 'ਚ ਜਾਂਦੇ ਨੇ 2 ਵਾਰ ਤੇ ਗਲੀ 'ਚ ਬਹਿ ਗਏ ਨੇ ਸ਼ਗੂਤਾ ਚੌਂਕੜੀ ਮਾਰ ਕੇ ਤੇ ਪੈਰ ਸਿਰ 'ਚ ਪੈਰ ਗੋਡੇ 'ਤੇ ਨਾ ਸਿਰ ਧਰ ਕੇ ਤੇ ਲੰਮੀਆਂ ਪੈ ਗਏ ਅੰਗੂਠੀ ਵੀ ਲਾ ਦੀ ਪਈ ਮੇਰਾ ਹਲਵਾਲੀਆਂ ਵੀ ਲਾ ਦੀ ਪਈ ਉਹਨੇ ਮੈਂ ਫੜ ਸਾਂਭ ਲਿਆ ਦੋ ਦਿਨ ਮੇਰੀ ਮਾਂ ਮੈਨੂੰ ਕੀਤਾ ਕਰਦੀ ਰਹੀ ਗੱਲਾਂ ਸੁਣਾਉਂਦੀ ਰਹੀ ਮਾਂ ਨੇ ਤੇਰੇ ਨਾਲ ਕੋਈ ਗਿਲਾ ਤਾਂ ਕੋਈ ਗੱਲ ਨਹੀਂ ਕਿਸਮਤ ਦੇ ਨਾਲ ਦੇਖੇ ਨੇ ਕੁਛ ਨਹੀਂ ਹੁੰਦਾ ਦੁਨੀਆਂ ਦੇ ਨਾਲ ਹੀ ਉਹਨੇ ਤੁਸੀਂ ਨਾ ਪਰੇਸ਼ਾਨ ਹੋ ਤੇ ਭੋਲੋ ਦੀਆਂ ਗੱਲਾਂ ਸੁਣਾਉਂਦੇ ਨੇ ਭੋਲੋ ਬੜੇ ਤਰਲੇ ਲੈ ਨੀ ਜੀ ਨਾ ਮੇਰਾ ਭਰਾ ਏਡਾ ਜ਼ਾਲਮ ਹੈ ਉਹਨੂੰ ਬਾਲ ਵੀ ਨਹੀਂ ਮਿਲਣ ਦਿੰਦਾ ਵੇਖਣ ਦਿੰਦਾ ਉਹ ਕਦੇ ਰਿਸ਼ਤੇ ਕਿਸੇ ਰਿਸ਼ਤੇਦਾਰ ਤੁਹਾਡੀ ਭਰਜਾਈ ਹੈ ਮਾਮੀ ਸਾਡੀ ਅੱਛਾ ਹੁਣ ਤਾਂ ਮਾਸ਼ਾਅੱਲਾ ਲਾਦਾ ਪੁੱਤਰ ਲੈ ਕੇ ਬਾਹਰ ਟੁਰ ਗਏ ਨੇ ਅੱਛਾ ਹੁਣ ਤਾਂ ਮਾਮੀ ਬੜੀ ਸੋਹਣੀ ਹੋਈ ਹੈ ਤਾਂ ਬੜੀ ਸੋਹਣੀ ਸੀ ਉਹ ਅੱਛਾ ਰੋਲ ਰੋਲ ਗਈ ਸੀ ਬਾਪ ਕੰਗਾ ਨਹੀਂ ਹੁੰਦਾ ਮੈਂ ਬਰਾਸ਼ ਨਾ ਕਰ ਬਾਜੀ ਉਹਦੇ ਵਿੱਚ ਤਾਰ ਆਉਂਦੀ ਜੀ ਬਠੈਰ ਠਹਿਰ ਠਹਿਰ ਤਾਰ ਕੱਢ ਦੋ ਮੇਰੇ ਇੰਨੇ ਭਾਰੇ ਵਾਲ ਹੁੰਦੇ ਸਨ ਮੇਰੇ ਆਪਣੇ ਆਉਣ ਯਾਦ ਨਹੀਂ ਹੁੰਦੇ ਸਨ ਕੋਈ ਗੱਲ ਨਹੀਂ ਜ਼ਿੰਦਗੀ ਦੇ ਨਾਲ ਬਥੇਰੇ ਲੰਬੇ ਵਾਲ ਹੁੰਦੇ ਸਨ ਬਥੇਰੇ ਹੁੰਦਾ ਇਹ ਸਾਡੀ ਮਾਂ ਦੇ ਇੰਨੇ ਭਾਰੇ ਸਨ ਉਹ ਲੱਥ ਲੁੱਕ ਗਏ ਸਨ ਜਿਵੇਂ ਮੇਰੇ ਹੋ ਗਏ ਨਾ ਅੰਮਾ ਜੀ ਨੇ ਇੰਨੇ ਹੋ ਗਏ ਬਹੁਤ ਹੈ ਫਿਰ ਵੀ ਇੱਥੋਂ ਤੱਕ ਪਤਲੀ ਸਾਰੀ ਕਾਲੀ ਸੀ ਤੇ ਜੇ ਬਿਮਾਰ ਹੋਏ ਸਨ ਤੇ ਪਤਲੇ ਹੋ ਗਏ ਸਨ ਸਾਰੇ ਨਾ ਇੰਨੇ ਸੁੱਕ ਗਏ ਹਨ ਮਾਂ ਉਂਝ ਸਹੀ ਭਰਿਆ ਪਰ ਢਿੱਡ ਵਧਿਆ ਸੀ ਜਿਵੇਂ ਸ਼ੂਗਰ ਵਾਲੇ ਬੰਦੇ ਦਾ ਨਹੀਂ ਹੁੰਦਾ ਜਿਵੇਂ ਹੁਣ ਮੇਰਾ ਢਿੱਡ ਵਧਣਾ ਸ਼ੁਰੂ ਹੋ ਗਿਆ ਬਾਕੀ ਦੀਆਂ ਲੱਤਾਂ ਬਾਹਾਂ ਸੁੱਕਣਗੀਆਂ ਹਾਂ ਸੱਸ ਮੇਰੀ ਦਾ ਵੀ ਢਿੱਡ ਵਧ ਗਿਆ ਤੇ ਲੱਤਾਂ ਬਾਹਾਂ ਸੁੱਕ ਗਈਆਂ ਇਹ ਸ਼ੂਗਰ ਵਾਲੇ ਬੰਦੇ ਦਾ ਇਸ ਤਰ੍ਹਾਂ ਹੁੰਦਾ ਕੱਲ ਤਸਵੀਰਾਂ ਚ ਭਾਜੀ ਬੀਨਾ ਦੀ ਵੀ ਮੈਂ ਸੱਸ ਪਹਿਲੀ ਦਫਾ ਵੇਖਿਆ ਨੀ ਪਤਲੇ ਸਨ ਉਹ ਵੀ ਬੜੇ ਉਹ ਵੀ ਬੜੀ ਬੜੀ ਅੱਛੀ ਅੱਲਾ ਦਾ ਦਿਨ ਪੰਤ ਕਾਰ ਕਰੇ ਬੜੀ ਚੰਗੀ ਸੀ ਪੋਨੀ ਕਿੱਥੇ ਭਾਜੀ ਪੋਨੀ ਕਿੱਥੇ ਪੋਨੀ ਮੈਂ ਪਾਈ ਹੋਈ ਨੀ ਸੀ ਨੰਬਰ ਪਾਈ ਪੋਨੀ ਪਾਣੀ ਵੀ ਚੁੰਮਦੀ ਲਾ ਕੇ ਰੱਖਦੀ ਹਾਂ ਕੈਚਰ ਤੇ ਪੋਨੀ ਤੇ ਫਿਰ ਕਦੀ ਕੈਚਰ ਨਹੀਂ ਵਾਲਾ ਹੁੰਦਾ ਇਹ ਉਹਨੀ ਕਰਕੇ ਇੰਜ
ਹਲੇ ਪੋਨੀ ਭਾਸ਼ਾ ਨਹੀਂ ਹੈ ਦੂਸਰੀ ਨਰਾਂ ਅੱਛਾ ਉਹ ਕੈਚਰ ਕੁਚਰ ਨਾ ਬੜਾ ਹੁੰਦੀ ਹੈ